ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਵਾਲ ਝੜਨ ਦੀ ਸਮੱਸਿਆ ਬਹੁਤ ਆਮ ਸਮੱਸਿਆ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਦੇ ਨਾਲ ਵਿਆਕੁਲ ਰਹਿੰਦੇ ਹਨ। ਉਹਨਾਂ ਦੇ ਸਿਰਹਾਣੇ ਉੱਤੇ, ਫਰਸ਼ ਉੱਤੇ, ਕੰਘੀ ਵਿੱਚ ਜਾਂ ਫਿਰ ਮੋਢਿਆਂ ਉੱਤੇ ਸੈਂਕੜਿਆਂ ਹੀ ਟੁੱਟੇ ਹੋਏ ਵਾਲ ਨਜ਼ਰ ਆਉਂਦੇ ਹਨ ਅਤੇ ਨਹਾਉਂਦੇ ਵਕਤ ਵੀ ਲੋਕਾਂ ਦੇ ਬਹੁਤ ਸਾਰੇ ਵਾਲ ਟੁੱਟ ਜਾਂਦੇ ਹਨ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਉਹ ਲੋਕ ਮਹਿੰਗੇ ਤੋਂ ਮਹਿੰਗੇ ਅਨੇਕ ਐਂਟੀ ਹੇਅਰ ਫਾਲ ਸ਼ੈਂਪੂ ਜਾਂ ਟ੍ਰੀਟਮੈਂਟ ਇਸਤੇਮਾਲ ਕਰਦੇ ਹਨ, ਪਰ ਇਸ ਨਾਲ ਉਹਨਾਂ ਨੂੰ ਕੁਝ ਜ਼ਿਆਦਾ ਫਰਕ ਨਹੀਂ ਪੈਂਦਾ। ਅਖੀਰ ਵਿੱਚ ਉਹ ਨਿਰਾਸ਼ ਹੋ ਕੇ ਇਸ ਸਮੱਸਿਆ ਦੇ ਨਾਲ ਸਮਝੌਤਾ ਕਰ ਲੈਂਦੇ ਹਨ। ਤਾਂ ਦੋਸਤੋ, ਵਾਲਾਂ ਦਾ ਟੁੱਟਣਾ ਇੱਕ ਆਮ ਸਮੱਸਿਆ ਹੈ, ਲੇਕਿਨ ਜਦੋਂ ਟੁੱਟੇ ਹੋਏ ਵਾਲਾਂ ਦੀ ਜਗ੍ਹਾ ਨਵੇਂ ਵਾਲ ਨਹੀਂ ਆਉਂਦੇ ਹਨ ਤਾਂ ਆਪਾਂ ਇਸ ਨੂੰ ਹੇਅਰ ਫਾਲ ਕਹਿੰਦੇ ਹਾਂ। ਤਾਂ ਦੋਸਤੋ, ਘਬਰਾਓ ਨਾ, ਜੇਕਰ ਤੁਸੀਂ ਵੀ ਇਸ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਸਾਡੇ ਕੋਲ ਇੱਕ ਇਹੋ ਜਿਹਾ ਚਮਤਕਾਰੀ ਉਪਾਅ ਹੈ ਜਿਸ ਨੂੰ ਅਜਮਾਉਣ ਤੋਂ ਬਾਅਦ ਤੁਸੀਂ ਸਾਡਾ ਧੰਨਵਾਦ ਜ਼ਰੂਰ ਕਰੋਗੇ। ਇਸ ਉਪਾਅ ਲਈ ਜਿਸ ਚੀਜ਼ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਬੇਹੱਦ ਹੀ ਕਿਫਾਇਤੀ ਅਤੇ ਲਗਭਗ ਸਾਰਿਆਂ ਦੇ ਘਰਾਂ ਦੇ ਵਿੱਚ ਹੀ ਪਾਈ ਜਾਂਦੀ ਹੈ। ਅਸੀਂ ਜਿਸ ਚੀਜ਼ ਦੀ ਗੱਲ ਕਰ ਰਹੇ ਹਾਂ ਉਹ ਕੁਝ ਹੋਰ ਨਹੀਂ, ਸਗੋਂ ਸਾਰਿਆਂ ਦੇ ਘਰਾਂ ਦੇ ਕਿਚਨ ਦੇ ਵਿੱਚ ਪਾਇਆ ਜਾਣ ਵਾਲਾ ਪਿਆਜ਼ ਹੈ। ਜੀ ਹਾਂ ਦੋਸਤੋ, ਤੁਸੀਂ ਠੀਕ ਸੁਣਿਆ, ਜੇਕਰ ਤੁਹਾਡੇ ਕੋਲ ਪਿਆਜ਼ ਹੈ ਤਾਂ ਤੁਸੀਂ ਵਾਲਾਂ ਦੇ ਝੜਨ ਦੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਦਰਅਸਲ ਦੋਸਤੋ, ਵਿਗਿਆਨੀਆਂ ਦੇ ਮੁਤਾਬਕ ਪਿਆਜ਼ ਦੇ ਜੂਸ ਦੇ ਵਿੱਚ ਡਾਇਟਰੀ ਫਾਈਬਰ ਪਾਇਆ ਜਾਂਦਾ ਹੈ ਅਤੇ ਇਸ ਵਿੱਚ ਸਲਫਰ ਅਤੇ ਇਮੋਨੋ ਐਸਿਡ ਵੀ ਮੌਜੂਦ ਹੁੰਦਾ ਹੈ ਜੋ ਕਿ ਆਪਣੀ ਵਾਲਾਂ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਸਲਫਰ ਨਾਲ ਭਰਪੂਰ ਪ੍ਰੋਟੀਨ, ਖਾਸ ਕਰ ਕੈਰੇਟਿਨ ਦੀ ਵਾਲਾਂ ਦੀ ਗਰੋਥ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇੰਨਾ ਹੀ ਨਹੀਂ, ਪਿਆਜ਼ ਵਿੱਚ ਪੋਟਾਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਏ ਅਤੇ ਵਿਟਾਮਿਨ ਈ ਦਾ ਅੱਛਾ ਸਰੋਤ ਮੰਨਿਆ ਜਾਂਦਾ ਹੈ। ਇਸ ਦੇ ਨਾਲ ਵਾਲ ਪਤਲੇ ਨਹੀਂ ਹੁੰਦੇ ਅਤੇ ਨਾਲ ਹੀ ਨਾਲ ਵਾਲਾਂ ਦੇ ਵਿੱਚ ਡੈਂਡਰਫ ਦੀ ਸਮੱਸਿਆ ਵੀ ਨਹੀਂ ਹੁੰਦੀ। ਇਸ ਲਈ ਦੋਸਤੋ, ਜ਼ਿਆਦਾਤਰ ਲੋਕ ਪਿਆਜ਼ ਦੇ ਜੂਸ ਨੂੰ ਆਪਣੇ ਵਾਲਾਂ ਦੇ ਵਿੱਚ ਇਸਤੇਮਾਲ ਕਰਦੇ ਹਨ। ਇਸ ਵਿੱਚ ਮੌਜੂਦ ਸਲਫਰ ਵਾਲਾਂ ਨੂੰ ਘਣਾ ਅਤੇ ਮਜ਼ਬੂਤ ਬਣਾਉਂਦਾ ਹੈ ਅਤੇ ਜੋ ਆਪਣੇ ਵਾਲ ਟੁੱਟਦੇ ਅਤੇ ਪਤਲੇ ਹੋ ਜਾਂਦੇ ਹਨ ਉਹਨਾਂ ਨੂੰ ਇਹ ਰੋਕਦਾ ਹੈ। ਲੇਕਿਨ ਇਸ ਨੂੰ ਕਿਵੇਂ ਆਪਣੇ ਵਾਲਾਂ ਦੇ ਵਿੱਚ ਯੂਜ਼ ਕਰਨਾ ਚਾਹੀਦਾ ਹੈ ਇਹ ਜਾਣਨਾ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਦੋਸਤੋ, ਉਹ ਕੀ ਤਰੀਕਾ ਹੈ ਇਸ ਨੂੰ ਆਪਣੇ ਵਾਲਾਂ ਦੇ ਵਿੱਚ ਲਗਾਉਣ ਦਾ, ਚਲੀਏ ਜਾਣਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਪਿਆਜ਼ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲੈਣਾ ਹੈ ਅਤੇ ਇਸ ਨੂੰ ਮਿਕਸਰ ਦੇ ਵਿੱਚ ਪੀਸ ਲੈਣਾ ਹੈ। ਫਿਰ ਤੁਸੀਂ ਇਸ ਪੀਸੇ ਹੋਏ ਪਿਆਜ਼ ਨੂੰ ਕਿਸੇ ਚਾਹ ਪਾਣੀ ਦੇ ਵਿੱਚ ਪਾ ਕੇ ਜਾਂ ਫਿਰ ਕਿਸੇ ਚੁੰਨੀ ਦੇ ਵਿੱਚ ਪਾ ਕੇ ਇਸ ਦਾ ਸਾਰਾ ਰਸ ਇੱਕ ਕੌਲੀ ਦੇ ਵਿੱਚ ਨਿਚੋੜ ਲੈਣਾ ਹੈ। ਤਾਂ ਦੋਸਤੋ, ਇਸ ਤੋਂ ਬਾਅਦ ਇਸ ਪਿਆਜ਼ ਦੇ ਰਸ ਨੂੰ ਆਪਣੇ ਡੇਲੀ ਯੂਜ਼ ਕਰਨ ਵਾਲੇ ਤੇਲ ਦੇ ਨਾਲ ਮਿਲਾ ਕੇ ਤੁਸੀਂ ਆਪਣੇ ਵਾਲਾਂ ਦੇ ਵਿੱਚ ਲਗਾਉਣਾ ਹੈ। ਪਿਆਜ਼ ਦੇ ਇਸ ਰਸ ਨੂੰ ਤੁਸੀਂ ਨਾਰੀਅਲ ਦੇ ਤੇਲ, ਬਦਾਮ ਦੇ ਤੇਲ ਜਾਂ ਫਿਰ ਤੁਸੀਂ ਔਲੇ ਦੇ ਤੇਲ ਦੇ ਵਿੱਚ ਵੀ ਮਿਲਾ ਕੇ ਇਸ ਨੂੰ ਲਗਾ ਸਕਦੇ ਹੋ। ਜੇ ਤੁਸੀਂ ਆਪਣੇ ਵਾਲਾਂ ਦੇ ਵਿੱਚ 2 ਚਮਚ ਨਾਰੀਅਲ ਦਾ ਤੇਲ ਲਗਾਉਂਦੇ ਹੋ ਤਾਂ ਉਸ ਦੇ ਵਿੱਚ ਤੁਸੀਂ 1 ਚਮਚ ਪਿਆਜ਼ ਦੇ ਰਸ ਦਾ ਲੈਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਆਪਣੇ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਲਗਾਉਣਾ ਹੈ ਅਤੇ ਚੰਗੀ ਤਰ੍ਹਾਂ ਨਾਲ ਮਸਾਜ ਕਰਨੀ ਹੈ। ਅਤੇ ਜਦੋਂ ਇਹ ਤੁਹਾਡੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਲੱਗ ਜਾਵੇ ਤਾਂ ਤੁਸੀਂ ਇਸ ਨੂੰ 1 ਘੰਟੇ ਲਈ ਵੈਸੇ ਹੀ ਛੱਡ ਦੇਣਾ ਹੈ। ਉਸ ਤੋਂ ਬਾਅਦ ਕਿਸੇ ਵੀ ਤੁਸੀਂ ਹਰਬਲ ਸ਼ੈਂਪੂ ਨਾਲ ਆਪਣੇ ਵਾਲਾਂ ਨੂੰ ਧੋ ਲੈਣਾ ਹੈ। ਦੋਸਤੋ, ਇਸ ਦੇ ਤੁਸੀਂ ਵਧੀਆ ਰਿਜ਼ਲਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਰਾਤ ਨੂੰ ਪੈਣ ਲੱਗੇ ਯੂਜ਼ ਕਰੋ ਅਤੇ ਇਸ ਨੂੰ ਲਗਾ ਕੇ ਉਸੇ ਤਰੀਕੇ ਨਾਲ ਤੁਸੀਂ ਸੌ ਜਾਣਾ ਹੈ ਅਤੇ ਸਵੇਰੇ ਉੱਠ ਕੇ ਆਪਣੇ ਵਾਲਾਂ ਨੂੰ ਵਾਸ਼ ਕਰ ਲੈਣਾ ਹੈ। ਇਸ ਤਰੀਕੇ ਨਾਲ ਯੂਜ਼ ਕਰਨ ਨਾਲ ਤੁਹਾਨੂੰ ਇਸ ਦੇ ਬੈਟਰ ਰਿਜ਼ਲਟ ਮਿਲਣਗੇ। ਤਾਂ ਦੋਸਤੋ, ਇਸ ਪ੍ਰੋਸੈਸ ਨੂੰ ਤੁਸੀਂ ਹਫ਼ਤੇ ਵਿੱਚ 2 ਜਾਂ 3 ਵਾਰੀ ਰਿਪੀਟ ਕਰਨਾ ਹੈ ਅਤੇ ਜਦੋਂ ਤੁਸੀਂ ਇਸ ਦਾ ਇਸਤੇਮਾਲ ਲਗਾਤਾਰ ਕਰੋਗੇ ਤੁਹਾਨੂੰ ਹੈਰਾਨ ਕਰਨ ਦੇਣ ਵਾਲੇ ਨਤੀਜੇ ਮਿਲਣਗੇ। ਤਾਂ ਦੋਸਤੋ, ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।